ਵੀਡੀਓ ਵਿੱਚ ਨਜ਼ਰ ਆ ਰਹੀ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਹੋਰਾਂ ਦੀ ਤਸਵੀਰ ਹੈ। 8 ਸਾਲ ਕੋਮਾ ਦੇ ਵਿੱਚ ਰਹੇ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਹੋਰਾਂ ਨੇ ਜਲੰਧਰ ਦੇ ਵਿੱਚ ਆਖਰੀ ਸਾਹ ਲਏ ਨੇ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਲੜਦੇ ਮਿਲਟਰੀ ਹਸਪਤਾਲ ਦੇ ਵਿੱਚ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਹੋਰਾਂ ਨੇ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਦੇਸ਼ ਅਤੇ ਭਾਰਤੀ ਫੌਜ ਦੇ ਵਿੱਚ ਸੋਗ ਦੀ ਲਹਿਰ ਪਸਰ ਗਈ। ਫੌਜੀ ਰਸਮਾਂ ਮੁਤਾਬਕ ਉਹਨਾਂ ਨੂੰ ਫੌਜੀ ਜਵਾਨਾਂ ਅਤੇ ਅਫਸਰਾਂ ਵੱਲੋਂ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ ਗਈ ਹੈ। ਇਸ ਮੌਕੇ ਪੂਰੇ ਪਰਿਵਾਰ ਅਤੇ ਸਕੇ ਸੰਬੰਧੀਆਂ ਦੀਆਂ ਅੱਖਾਂ ਨਮ ਹੋ ਗਈਆਂ। ਆਪਣੇ ਫੌਜੀ ਸਾਥੀਆਂ ਨੂੰ ਬਚਾਉਣ ਲਈ ਗੋਲੀ ਅੱਗੇ ਹਿੱਕ ਡਾਉਣ ਵਾਲੇ ਅਤੇ ਬਹਾਦਰੀ ਲਈ ਸੈਨਾ ਮੈਡਲ ਪ੍ਰਾਪਤ ਕਰ ਚੁੱਕੇ ਕਰਨਵੀਰ ਸਿੰਘ, ਮੌਤ ਤੋਂ ਬਾਅਦ ਭਾਰਤੀ ਫੌਜ ਦੇ ਵਿੱਚ ਲੈਫਟੀਨੈਂਟ ਕਰਨਲ ਵੀਰ ਸਿੰਘ ਨੱਤ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਅਮਰ ਹੋ ਗਈ ਹੈ। ਬਹਾਦਰੀ ਦਾ ਇੱਕ ਨਵਾਂ ਇਤਿਹਾਸ ਰਚਣ ਵਾਲੇ ਕਰਨਵੀਰ ਸਿੰਘ ਨੱਤ ਦਾ ਪਰਿਵਾਰ ਬਟਾਲਾ ਦੇ ਵਿੱਚ ਰਹਿੰਦਾ ਹੈ। ਉਹਨਾਂ ਦੇ ਪਿਤਾ ਜਗਤਾਰ ਸਿੰਘ ਫੌਜ ਦੇ ਵਿੱਚੋਂ ਬਤੌਰੇ ਕਰਨਲ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਨੱਤ ਦਾ ਜਨਮ 18 ਮਾਰਚ ਸਾਲ 1976 ਨੂੰ ਹੋਇਆ ਸੀ ਤੇ ਉਹ ਆਪਣੇ ਪਿੱਛੇ ਪਤਨੀ ਪਵਨੀਤ ਕੌਰ ਅਤੇ ਦੋ ਧੀਆਂ ਅਸ਼ਮੀਤ ਕੌਰ ਅਤੇ ਗੁਨੀਤਾ ਕੌਰ ਨੂੰ ਛੱਡ ਗਏ ਹਨ। ਥੈਂਕ ਯੂ ਸੋ ਮੱਚ ਫਾਰ ਆਲ, ਥੈਂਕ ਯੂ ਸੋ ਮੱਚ ਯੂ ਹੈਵ ਆਲ ਸੋਨ ਯੋਰ ਕੰਸਰਨ ਸ਼ੇਅਰਡ ਮਾਈ ਗਰੀਫ, ਥੈਂਕ ਯੂ ਵੈਰੀ ਮੱਚ। ਆਈ ਐਮ ਵੈਰੀ ਪ੍ਰਾਊਡ ਆਫ ਮਾਈ ਸਨ, ਹੀ ਹੈਜ਼ ਡਨ ਹਿਜ਼ ਡਿਊਟੀ, ਫਾਟ ਵਿਦ ਹਿਜ਼ ਇੰਜਰੀਜ਼ ਐਂਡ ਅਲਟੀਮੇਟਲੀ ਇਟ ਵਾਸ ਗੋਡਸ ਵਿਲ ਵਿਚ ਹੈਜ਼ ਟੇਕਨ ਪਲੇਸ ਵਿਚ ਹੈਜ਼ ਹੈਪਨਡ। ਕੌਮਾਂ ਦੇ ਵਿੱਚ ਪਿਛਲੇ 8 ਸਾਲ 1 ਮਹੀਨਾ ਅਤੇ 1 ਦਿਨ ਰਿਹਾ ਕੌਮਾਂ ਦੇ ਵਿੱਚ। 22 ਨਵੰਬਰ 2015 ਨੂੰ ਉਹਦਾ ਹੋਇਆ ਸੀ, 4:15 ਵਜੇ ਮੈਨੂੰ ਲੱਗੀ ਸੀ ਗੋਲੀ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕੌਮਾਂ 'ਚ ਰਿਹਾ। ਗੋਲੀ ਲੱਗੀ ਆ, ਮੈਂ ਉਹਦਾ ਮੈਨੂੰ ਨੈਚੁਰਲੀ ਉਹਦਾ ਮੋਬਾਈਲ ਦਿੱਤਾ ਮੁੰਡਿਆਂ ਨੇ, ਤੇ ਇਹ ਸਾਹਿਬ ਦਾ ਮੋਬਾਈਲ ਆ, ਉਹਦਾ ਮੈਂ ਖੋਲ ਕੇ ਵੇਖਿਆ ਵਟਸਐਪ ਦੇ ਵਿੱਚ ਸਟੇਟਸ ਸੀ ਉਹਦਾ, ਆਈ ਡੂ ਨਾਟ ਨੋ
ਹਾਓ ਮਾਈ ਸਟੋਰੀ ਵਿਲ ਐਂਡ ਬਟ ਨੋ ਵਨ ਵਿਲ ਸੇ ਆਈ ਗੇਵ ਅਪ ਦੈਟ ਵਾਜ਼ ਦਾ ਸਟੇਟਸ ਨਹੀਂ ਜੀ ਕਾਫੀ ਦੇਰ ਤੋਂ ਆਸਤਕ ਹੋ ਗਿਆ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਉਹਦਾ ਵਿਸ਼ਵਾਸ ਸੀ ਗੁਰਬਾਣੀ ਕੀਤਿਆਂ ਬਗੈਰ ਸਵੇਰੇ ਉਹ ਆਪਣਾ ਨਿਤਨੇਮ ਕੀਤਿਆਂ ਬਗੈਰ ਉਹ ਸਵੇਰੇ ਬ੍ਰੇਕਫਾਸਟ ਤੱਕ ਨਹੀਂ ਸੀ ਕਰਦਾ ਅਤੇ ਕੇਸ ਰੱਖੇ ਸੀ ਕੇਸਾਂ ਧਾਰੀ ਸੀ ਸ਼ਰਾਬ ਨਹੀਂ ਸੀ ਪੀਂਦਾ ਮੀਟ ਨਹੀਂ ਸੀ ਖਾਂਦਾ ਬੜਾ ਉਹ ਰਹਿਤ ਬਹਿਤ ਦਾ ਬੜਾ ਪੱਕਾ ਸੀ ਉਹਦੀ ਕੰਪਨੀ ਜਿਹੜੀ ਲਾਸਟ ਕੰਪਨੀ 160 ਦੇ ਟੀ ਏ ਬਟਾਲੀਅਨ ਦੇ ਵਿੱਚ ਉਹਦੇ ਵਿੱਚ 60% ਮੁਸਲਿਮ ਟਰੁਪਸ ਨੇ ਉਹਨਾਂ ਦੇ ਨਾਲ ਹੀ ਉਹ ਈਦ ਵੀ ਮਨਾਉਂਦਾ ਸੀ ਉਹਨਾਂ ਦੇ ਨਾਲ ਹੀ ਉਹ ਸਾਰੇ ਉਹਨਾਂ ਦੇ ਕੰਮ ਕਰਦਾ ਸੀ ਉਹਦੇ ਬੱਚੇ ਬੜਾ ਪਿਆਰ ਕਰਦੇ ਸੀ ਉਹਨੂੰ ਟਰੁਪਸ ਬਹੁਤ ਪਿਆਰ ਕਰਦੇ ਸੀ ਅਜੇ ਵੀ ਇੱਥੇ ਵਿਚਾਰੇ ਜਾ ਨਹੀਂ ਰਹੇ ਅਜੇ ਵੀ ਇੱਥੇ ਹੀ ਉਹ ਸ਼ੱਕਰਗੜ੍ਹ ਸੈਕਟਰ ਵਿੱਚ ਸੀਗੇ 3 December ਤੋਂ ਅਸੀਂ ਐਕਟਿਵ ਹੋ ਗਏ ਸੀਗੇ 5 December ਨੂੰ ਅਸੀਂ ਪਹਿਲਾ ਅਟੈਕ ਕੀਤਾ ਚਾਕਮਰੂ ਰੇਲਵੇ ਸਟੇਸ਼ਨ ਮੇਰੀ ਬਟਾਲੀਅਨ ਨੇ ਜਿੱਤਿਆ 8 December ਨੂੰ ਉੱਥੇ ਸਾਡੇ ਅਫਸਰ ਵੀ ਸ਼ਹੀਦ ਹੋਏ ਸਾਰੀ ਲੜਾਈ ਦੇਖੀ ਜੀ ਅਸੀਂ ਮਰਿਆਲ ਸਟੇਸ਼ਨ ਤੱਕ ਗਏ ਇਹ ਸਾਰੀਆਂ ਗੱਲਾਂ ਸੁਣ ਕੇ ਮੇਰੇ ਬੇਟੇ ਦਾ ਸ਼ੁਰੂ ਤੋਂ ਹੀ ਝੁਕਾਅ ਸੀ ਕਿ ਉਹ ਆਰਮੀ ਜਾਵੇ ਇੱਥੋਂ ਤੱਕ ਜਦੋਂ 14 ਉਹਦੇ ਪੂਰੇ ਹੋ ਗਏ ਸ਼ਾਰਟ ਸਰਵਿਸ ਕਮਿਸ਼ਨ ਦੇ ਉਹ ਆਰਮੀ ਛੱਡ ਕੇ ਉਹਨੇ MBA ਕੀਤੀ LLB ਕਰ ਲਈ ਉਹਨੇ ਉਹਨੂੰ ਬਾਹਰ ਸਰਵਿਸ ਵੀ ਮਿਲ ਗਈ ਪਰ ਉਹਦਾ ਦਿਲ ਨਹੀਂ ਮੰਨਿਆ ਉਹ ਇਸ ਕਰਕੇ ਦੁਬਾਰਾ TA ਵਿੱਚ ਭਰਤੀ ਹੋ ਗਿਆ ਕਿਉਂਕਿ TA ਵਿੱਚ ਚਾਂਸ ਸੀ ਉਹਦੇ ਜਾਣ ਦਾ ਇਹ ਉਹਨੇ ਮੰਗ ਕੇ ਆਪਣੇ TA ਡਾਇਰੈਕਟਰ ਕੋਲ ਪੋਸਟਿੰਗ ਲਈ ਕਿ ਮੈਨੂੰ ਕੁਪਵਾੜਾ ਜਾਂ ਐਕਟਿਵ ਏਰੀਆ ਮਿਲੇ ਅਤੇ ਉਹਦੇ ਵਿੱਚ ਉਹ ਬੜਾ ਸੋਹਣਾ 3 ਉਹਨੇ ਲੀਡ ਕੀਤਾ ਪੋਸਟਿੰਗ ਆ ਗਈ ਉਹਦੀ ਉੱਥੋਂ ਕੁਪਵਾੜਾ ਤੋਂ 2 ਪਹਿਲੋਂ ਇਹ ਇੰਸੀਡੈਂਟ ਹੋਣ ਤੋਂ 2 ਪਹਿਲਾਂ ਉਹਦੀ ਪੋਸਟਿੰਗ ਆ ਗਈ ਸੀ ਉਹਨੂੰ ਪੋਸਟਿੰਗ ਕੈਂਸਲ ਕਰਵਾ ਦਿੱਤੀ ਕਿ ਮੈਂ ਆਪਣਾ 3 ਦਾ ਟੈਨਿਓਰ ਪੂਰਾ ਕਰਕੇ ਜਾਊਂਗਾ ਇੱਥੋਂ ਇਹ ਉਹਦੀ ਸਪਿਰਿਟ ਸੀ ਆਪਰੇਸ਼ਨ ਹੋਇਆ ਤੁਸੀਂ ਇਮੈਜਿਨ ਕਰੋ ਮੇਰੇ ਪਰਿਵਾਰ ਦਾ ਕੀ ਹਾਲ ਹੋਏਗਾ ਜਦੋਂ ਇੱਕ ਪਾਸੇ ਮੈਂ ਪੰਜਾਬ ਦੇ ਬਾਰਡਰ 'ਤੇ ਸੀਗਾ ਅਤੇ ਉਹ ਕਾਰਗਿਲ ਆਪਰੇਸ਼ਨ ਦੇ ਵਿੱਚ ਜਾ ਰਿਹਾ ਸੀ ਗਾਰਡ ਦੇ ਵੱਲੋਂ ਆਪਣੇ ਮਿਸਾਈਲ ਲਿਖ ਕੇ ਅਤੇ ਯੂ ਕੈਨ ਇਮੈਜਿਨ ਉਹ ਵੀ ਸਿਚੁਏਸ਼ਨ ਜਦੋਂ ਅਸੀਂ ਪੀਓ ਪੁੱਤ ਦੋਵੇਂ ਵਾਰ ਦੇ ਵਿੱਚ ਕਮਿਟਿਡ ਸੀਗੇ ਪਰ ਮੇਰੇ ਪਰਿਵਾਰ ਨੇ ਬਹੁਤ ਸਾਥ ਦਿੱਤਾ ਉਹਦਾ ਪਰਿਵਾਰ ਵੀ ਹੁਣ ਮੇਰਾ ਪੂਰਾ ਸਾਥ ਦੇ ਰਿਹਾ 2 ਬੇਟੀਆਂ ਨੇ ਬੜੀਆਂ ਇੰਟੈਲੀਜੈਂਟ ਨੇ ਪੜ੍ਹ ਲਿਖਦੀਆਂ ਨੇ ਪਰਮਾਤਮਾ ਕਰੇ ਉਹ ਤਰੱਕੀ ਕਰਨ ਵਾਈਫ ਉਹਦੀ ਨੈਚੁਰਲੀ ਜਿਸ ਤਰ੍ਹਾਂ ਦੀਆਂ ਆਰਮੀ ਵਾਈਜ਼ ਹੁੰਦੀਆਂ ਨੇ ਬੜੀ ਸਟਰੋਂਗ ਆ ਅਤੇ ਆਈ ਐਮ ਸ਼ੋਰ ਕਿ ਪਰਮਾਤਮਾ ਉਹਦੀ ਹਰ ਜਗ੍ਹਾ ਹੈਲਪ ਕਰੇਗਾ ਅਤੇ ਉਹ ਬੱਚਿਆਂ ਨੂੰ ਬੇਟੀਆਂ ਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦਊਗੀ ਅਤੇ ਵਧੀਆ ਤੋਂ ਵਧੀਆ ਉਹਨਾਂ ਦਾ ਕੈਰੀਅਰ ਸੈੱਟ ਕਰੇਗੀ ਅਸੀਂ ਹੁਣ ਬਹੁਤ ਦੇਰ ਨਹੀਂ ਉਹਦੇ ਨਾਲ ਰਹਿਣਾ ਉਮਰ ਦੇ ਹਿਸਾਬ ਨਾਲ ਮੈਂ ਹੁਣ 79 ਈਅਰਸ ਦਾ ਹੋ ਗਿਆ ਕਿੰਨੇ ਕੁ ਸਾਲ ਹੋਰ ਕਰਾਂਗੇ ਪਰ ਉਹ ਮੈਨੂੰ ਬੜਾ ਮਾਣ ਆ ਔਰ ਬੜਾ ਯਕੀਨ ਆ ਕਿ ਮੇਰੀ ਡਾਟਰ ਇਨ ਲਾਅ ਜਿਹੜੀ ਆ ਉਹ ਇਸ ਬਹਾਦਰੀ ਦਾ ਮੁੱਲ ਪਾਏਗੀ ਅਤੇ ਮੇਰੀ ਬੇਟੀਆਂ ਨੂੰ ਬਹੁਤ ਚੰਗੀ ਤਰ੍ਹਾਂ ਉਹਨਾਂ ਦਾ ਕੈਰੀਅਰ ਸੈੱਟ ਕਰੇਗੀ ਪ੍ਰਾਊਡ ਆਫ ਯੂ ਕਰਨ ਯੂ ਫੌਟ ਟਿਲ ਯੂਰ ਲਾਸਟ ਬ੍ਰੈਥ ਵੀ ਡਿਡ ਵਟ ਐਵਰ ਵੀ ਕੁਡ ਵਿਲ ਮਿਸ ਯੂ ਬੀ ਇਨ ਪੀਸ ਵਿਦ ਬਾਬਾ ਜੀ ਥੈਂਕ ਯੂ ਬੜਾ ਔਖਾ ਹੁੰਦਾ ਤੁਸੀਂ 8 ਵੀ ਇੱਕ ਬਹੁਤ ਵੱਡਾ ਸੰਘਰਸ਼ ਝੇਲਿਆ ਕੁਛ ਕਹਿ ਸਕਦੇ ਛੋਟੀ ਗੱਲ ਨਹੀਂ ਹੈਗੀ ਅਤੇ ਉਸ ਤੋਂ ਬਾਅਦ ਕਹਿ ਸਕਦੇ ਕਿ ਜ਼ਿੰਦਗੀ ਦੀ ਜੰਗ ਲੜੀ ਅਤੇ ਹੁਣ ਹਾਰ ਗਏ ਕਿੱਦਾਂ ਦੀਆਂ ਮੂਮੈਂਟਸ ਰਹੀਆਂ ਚੀਜ਼ਾਂ ਰਹੀਆਂ ਯਾਦਾਂ ਰਹੀਆਂ ਤੁਹਾਡੀਆਂ ਇਹਨਾਂ ਨਾਲ ਇੱਦਾਂ ਲੱਗਦਾ ਜਿੱਦਾਂ 2 ਲਾਈਫ ਸੀਗੀ ਇੱਕ ਪਹਿਲਾਂ ਸੀ 8 ਵਾਲੀ ਅਲੱਗ ਸੀ ਜੋ ਵੀ ਖਤਮ ਹੋ ਗਈ ਆਈ ਕਾਂਟ ਐਕਸਪਲੇਨ ਕਿ ਅਸੀਂ ਕੀ ਫੇਸ ਕੀਤਾ ਹੋਪ ਸੀ ਠੀਕ ਹੋ ਜਾਣਗੇ ਬਟ ਨਹੀਂ ਵੀ ਆਰ ਪ੍ਰਾਊਡ ਆਫ ਇਟ
ਟਿਲ ਟਿਲ ਨੋ ਅਸੀਂ ਕੱਲ੍ਹ ਜਗਤਾਰ ਵੀਅਰ ਕੋਰਸ ਵਿੱਚ ਇੱਕੋ ਕੋਰਸ 'ਚ ਅਸੀਂ 70 ਕਮਿਸ਼ਨ ਹੋਏ ਸੀ। ਇਸ ਬੱਚੇ ਨੂੰ ਅਸੀਂ ਛੋਟਿਆਂ ਤੋਂ ਦੇਖਿਆ, ਤੁਹਾਨੂੰ ਪਤਾ ਕਿ ਸਾਡੇ ਸਾਹਮਣੇ ਆ ਮੈਰਿਜਸ ਵਿਆਹ ਹੋਈਆਂ, ਪਰ ਇਹ ਪਹਿਲੇ ਸ਼ੋਰਟ ਸਰਵਿਸ 14 ਸਾਲ ਇਹਨੇ ਸਰਵਿਸ ਕੀਤੀ, ਫਿਰ ਬਾਹਰ ਆ ਗਿਆ, ਮਨ ਸੀਗਾ ਇਹਨੇ MBA ਕੀਤੀ, LLB ਕੀਤੀ, ਬਟ ਉਹ ਜਿਹੜਾ ਅੰਦਰ ਵਾਲਾ ਜਨੂਨ ਉਹ ਨਹੀਂ ਹਟ ਸਕਿਆ। ਫਿਰ ਕਹਿੰਦਾ ਮੈਂ ਅਫਸਰ ਬਣਨਾ, TA ਬਟਾਲੀਅਨ 'ਚ 40-45 ਸਾਲ ਤੱਕ ਅਫਸਰ ਬਣ ਸਕਦੇ ਬਾਹਰ ਵਾਲੇ, ਅਤੇ ਉੱਥੇ ਫਿਰ ਐਕਟਿਵ, ਅੱਜ ਕੱਲ੍ਹ TA ਬਟਾਲੀਅਨ ਬਹੁਤ ਐਕਟਿਵ ਹੈ। ਔਰ ਬਾਕੀ ਅਸੀਂ ਪੜ੍ਹਿਆ ਅਖਬਾਰ 'ਚ ਕਿੰਨਾ ਇਹਦਾ ਕੱਲ੍ਹ ਦੇਖਿਆ ਵੀ ਸਟੇਟਸ ਐਂਡ 'ਚ ਵੀ ਜਿੱਦਾਂ ਪੁਰਾਣਾ ਹੁੰਦਾ ਦਿਲ ਮੰਗੇ ਮੋ, ਉਸ ਤਰ੍ਹਾਂ ਸੈਂਟੈਂਸ ਮੈਨੂੰ ਪਤਾ ਨਹੀਂ ਮੇਰਾ ਐਂਡ ਕੀ ਹੋਏਗਾ, ਬਟ ਨੋਬਡੀ ਸ਼ੁੱਡ ਥਿੰਕ ਆਈ ਗੇਵ ਅਪ। ਇੱਦਾਂ ਦੀ ਸਪਿਰਿਟ, ਇੱਦਾਂ ਦਾ ਸਾਡਾ ਬੱਚਾ ਅਸੀਂ ਨੂੰ ਦੇਖਦੇ ਰਹੇ ਜਦੋਂ ਸਰਵਿਸ ਵੀ ਸੀ ਔਰ ਕੋਮਾ 'ਚ ਤਾਂ ਦੇਖਦੇ ਸਾਡਾ ਬਹੁਤ। ਕਿੰਨੇ ਬੱਚੇ ਨੇ? ਦੋ ਬੇਟੀਆਂ ਜੀ, ਦੋ ਬੇਟੀਆਂ। ਸਰ ਕੋਈ ਯਾਦ ਸਾਂਝੀ ਕਰਨਾ ਚਾਹੁੰਗੇ, ਕਿਉਂਕਿ ਦੇਸ਼ ਦੀ ਨਾ ਵੱਡੀ ਸ਼ਹਾਦਤ ਤੁਹਾਡੇ ਨਾਲ ਯਾਦਾਂ ਹੋਣੀਆਂ ਉਹਨਾਂ ਦੀਆਂ? ਯਾਦਾਂ ਅਸੀਂ ਛੋਟੇ ਹੁੰਦੇ ਦੇਖੇ, ਜਦੋਂ ਅਸੀਂ ਕੋਰਸਮੇਟ ਹਾਂ ਇਕੱਠੇ, ਅਸੀਂ ਮੈਰਿਜਸ ਆ, ਅਸੀਂ 70 'ਚ ਕਮਿਸ਼ਨ ਹੋਏ ਸੀ ਸਾਰੇ। ਇੱਥੇ ਹੋਰ ਵੀ ਸਾਡੇ ਬ੍ਰਿਗੇਡ ਜਸਵਾਲ, ਕਨਕਾਲੋਂ, ਕਨ ਭਾਟੀਆ, ਅਸੀਂ ਸਾਰੇ ਹੈਗੇ 5-7 ਆਪਣੇ ਕੋਰਸ ਦੇ। ਅਸੀਂ ਤਾਂ ਤੁਹਾਨੂੰ ਪਤਾ ਕਿ ਅਸੀਂ ਮੈਰਿਜਸ 'ਚ ਜਾਣਾ, ਬੱਚੇ ਜੰਮਦੇ ਆ, ਫਿਰ ਦੇਖਣਾ ਉਹ ਬੱਚਿਆਂ ਨੂੰ ਦੇਖਿਆ। ਜਿਹੜੀ ਲੜਾਈ ਵਾਲਾ ਸਾਨੂੰ ਕਮਿਸ਼ਨ ਹੋਇਆ, ਸਾਨੂੰ ਬੜਾ ਅੱਛਾ ਲੱਗਾ ਵੀ ਸਾਡੀ ਐਂਟਰੀ ਜਿਹੜੀ ਸ਼ੋਰਟ ਸਰਵਿਸ ਐਂਟਰੀ ਹੈ ਆਫਸਰ ਟ੍ਰੇਨਿੰਗ ਸਕੂਲ ਮਡਰਾਸ ਤੋਂ, ਜਿੱਥੋਂ ਲੜਕੀਆਂ ਵੀ ਅਫਸਰ ਬਣ ਰਹੀਆਂ, ਅਤੇ ਉਹੀ ਹੈ ਯਾਦਾਂ। ਉਸ ਤੋਂ ਬਾਅਦ ਸਰਵਿਸ ਚੱਲ ਜਾਂਦੇ ਦੂਰ ਦੂਰ, ਫਿਰ ਜਦੋਂ ਆਹ ਕਾਰਡ ਹੋ ਗਿਆ ਫਿਰ ਸਾਨੂੰ ਪਤਾ ਲੱਗਾ ਕਿ ਇੰਨੀ ਬਹਾਦਰੀ ਨਾਲ, ਔਰ ਬਸ ਐਂਡ ਤੱਕ ਉਹਨੇ ਫਾਈਟ ਕੀਤੀ ਆਪਣੀ ਲਾਈਫ ਨਾਲ ਵੀ, 8 ਸਾਲ ਫਾਈਟ ਕੀਤੀ। ਕਰੀਬ 8 ਸਾਲ ਪਹਿਲਾਂ ਨਵੰਬਰ ਸਾਲ 2015 ਨੂੰ ਕਸ਼ਮੀਰ ਦੀ ਘਾਟੀ ਕੁਪਵਾੜਾ ਸਰਹੱਦ ਤੋਂ ਕਰੀਬ 7 ਕਿਲੋਮੀਟਰ ਦੂਰ ਸੰਘਣੇ ਜੰਗਲ ਦੇ ਵਿੱਚ ਫੌਜ ਦਾ ਓਪਰੇਸ਼ਨ ਚੱਲ ਰਿਹਾ ਸੀ ਅਤੇ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਆਪਣੇ ਸਾਥੀ ਫੌਜੀਆਂ ਨਾਲ ਹਾਜੀ ਨਾਕਾ ਪਿੰਡ ਦੇ ਵਿੱਚ ਅੱਤਵਾਦੀਆਂ ਨਾਲ ਓਪਰੇਸ਼ਨ ਦੌਰਾਨ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਗਏ। ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਵੀ ਕਰਨਵੀਰ ਸਿੰਘ ਦੁਸ਼ਮਣਾਂ ਦਾ ਸਾਹਮਣਾ ਕਰਦੇ ਰਹੇ। ਦੁਸ਼ਮਣਾਂ ਦੀ ਗੋਲੀ ਅੱਗੇ ਹਿੱਕ ਡਾ ਕੇ ਲੜਦੇ ਹੋਏ ਕਰਨਵੀਰ ਸਿੰਘ ਹੋਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਸਾਥੀਆਂ ਦੀ ਜਾਨ ਬਚਾਈ ਹੈ, ਜਿਸ ਦੇ ਚੱਲਦਿਆਂ ਉਹਨਾਂ ਦੀ ਬਹਾਦਰੀ ਲਈ ਉਹਨਾਂ ਨੂੰ ਸੈਨਾ ਮੈਡਲ, ਆਰਮੀ ਮੈਡਲ ਫੋਰ ਬਰੇਵ ਵੀ ਦਿੱਤਾ ਗਿਆ ਹੈ। ਸੋ ਦੋਸਤੋ, ਇਹ ਸੀ ਦਾਸਤਾ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਨੱਤ ਹੋਰਾਂ ਦੀ। ਹਕੀਕੀ TV ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।